ਗੱਲ ਕਿੱਥੋਂ ਸ਼ੁਰੂ ਕੀਤੀ ਹੈ? ਤੁਹਾਡੇ ਤੋਂ। ਬਈ ਤੁਸੀਂ ਇਸ ਮਹਿਫਲ ਵਿੱਚ ਆਏ ਹੋ, ਤੁਹਾਡੀ ਹੈਸੀਅਤ ਕੀ ਹੈ? ਹਜ਼ੂਰ ਦਾ ਜ਼ਿਕਰ ਕਰਨਾ, ਬੰਦੇ ਇਕੱਠੇ ਕਰਕੇ ਤੇ ਦੱਸਣਾ ਸੋਹਣੇ ਦੀ ਸ਼ਾਨ ਕੀ ਹੈ? ਸੁਣਨਾ ਅੰਬੀਆ ਦੀ ਸੁਨਤ ਹੈ ਤੇ ਸੁਣਾਉਣਾ ਮੇਰੇ ਰੱਬ ਦੀ ਸੁਨਤ ਹੈ। ਸੁਭਾਨ ਅੱਲਾਹ, ਸੁਭਾਨ ਅੱਲਾਹ, ਸੁਭਾਨ ਅੱਲਾਹ। ਸਮਝ ਆ ਗਈ ਆਪਾਂ? ਇਹ ਮਹਿਫਲ ਸੱਜੀ ਅੱਜ ਨਹੀਂ। ਬੰਦੇ ਆਉਂਦੇ ਨੇ ਜੀ, ਹਜ਼ਰਤ ਸਾਹਿਬ 14 ਸਦੀਆਂ ਲੱਗ ਗਈਆਂ, ਸਾਡੀ ਉਮਤ ਇਸ ਰੌਲੇ 'ਚ ਅਜੇ ਮਿਲਾਦ ਹੈ ਕਿ ਕੋਈ ਨਾ? ਮੈਂ ਕਿਹਾ ਛੱਡ ਪਰਾਂ ਇਹਨਾਂ ਗੱਲਾਂ ਨੂੰ, ਕਿਹੜਿਆਂ ਰੌਲਿਆਂ ਨੂੰ ਪਿਆ ਹੋਇਆ। ਸਦਕਾ ਮੁਸਤਫਾ ਦਾ ਰੱਬ, ਤੇਰੇ ਬੜੇ ਬੜੇ ਘੋੜ ਲੁਕਾਏ ਹੋਏ ਨੇ, ਸ਼ੁਕਰ ਕੀਤਾ ਕਰ ਯਾਰ ਦੇ ਸਦਕੇ ਤੇਰਾ ਰੱਬ ਐਬਾਂ ਤੇ ਪਰਦੇ ਪਾਏ ਹੋਏ। ਅਜੇ ਇਸ ਰੌਲੇ 'ਚ ਵੀ ਮਿਲਾਦ ਹੈ ਕਿ ਕੋਈ ਨਾ? ਨਬੀ ਨੂੰ ਇਲਮੇ ਗੈਬ ਹੈ ਕਿ ਕੋਈ ਨਾ? ਨਬੀ ਨੂਰ ਨੇ ਜਾਂ ਬਸ਼ਰ ਨੇ? ਸ਼ਾਹ ਨਸੀਰੁਦੀਨ ਨਸੀਰ ਸਾਹਿਬ ਨੇ ਗੱਲ ਇੱਥੇ ਮੁਕਾਈ, ਹਾਜ਼ਿਰੋ ਨਾਜ਼ਿਰੋ ਨੂਰੋ ਬਸ਼ਰ ਗੈਬ ਕੋ ਛੋੜ, ਅਰੇ ਸ਼ੁਕਰ ਕਰ ਵੋ ਤੇਰੇ ਐਬੂ ਕੋ ਛੁਪਾਏ ਹੋਏ। ਮਾਸ਼ਾਅੱਲਾ, ਦਿਲ ਰਾਜ਼ੀ ਹੋ ਗਿਆ, ਤਬੀਅਤ ਰਾਜ਼ੀ ਹੋ ਗਈ। ਮੈਂ ਗੱਲ ਕੀ ਕਰ ਰਿਹਾ, ਮਿਲਾਦ ਮਨਾਉਣਾ ਇੰਜ ਬਹਿ ਕੇ ਜਿਵੇਂ ਤੁਸੀਂ ਬੈਠੇ ਹੋ। ਮੈਂ ਪਹਿਲੇ ਗੱਲ ਸੁਣਾਊਂ ਕੁਰਾਨ ਚੋਂ ਤੇ ਫਿਰ ਮੁਸਤਫਾ ਦੇ ਫਰਮਾਨ ਨਾਲ ਸੁਣਾ ਦਿਆਂਗਾ। ਅੱਲਾ ਨੇ, ਮੁਫਤੀ ਸਾਹਿਬ ਮੇਰੀ ਬਾਤ ਦੀ ਤਾਈਦ ਕਰਨਗੇ, ਜੇ ਇਹਨਾਂ ਦਾ ਸਿਰ ਹਲ ਜਾਵੇ ਤੇ ਮੁੜ ਤੇ ਸੁਭਾਨ ਅੱਲਾ ਆਖੋ ਦੇ ਨਾਲ। ਸੁਭਾਨ ਅੱਲਾ, ਸੁਭਾਨ ਅੱਲਾ, ਤਸਦੀਕ ਹੋ ਜਾਏਗੀ ਨਾ। ਅੱਲਾ ਨੇ ਨਬੀਆਂ ਦੀਆਂ ਰੂਹਾਂ ਨੇ ਇਕੱਠਿਆਂ ਕੀਤਾ, ਇਹ ਪਹਿਲਾ ਜਲਸਾ ਹੋਇਆ। ਅੱਲਾ ਨੇ ਨਬੀਆਂ ਦੀਆਂ ਕੀ ਕੀਤਾ, ਕਿਸ ਸ਼ੈ ਨੂੰ ਇਕੱਠਿਆਂ ਕੀਤਾ? ਹਜ਼ਰਤ ਜੀ, ਨਬੀਆਂ ਦੀਆਂ ਰੂਹਾਂ ਨੂੰ ਕੀਤਾ ਸੀ। ਜਦੋਂ ਆਪਣੇ ਮਨਵਾਣ ਦੀ ਵਾਰੀ ਆਈ ਤੇ ਨਿਰੇ ਨਬੀ ਨਾਏ ਕੁੱਲ ਮਖਲੂਕ ਆਈ, ਰੱਬ ਸਾਰੀ ਮਖਲੂਕ ਨੂੰ ਇਕੱਠਿਆਂ ਕੀਤਾ ਤੇ ਇਕੱਠਿਆਂ ਕਰਕੇ ਫਰਮਾਇਆ, ਦੱਸੋ ਅਲਸਤੂ ਬਿ ਰੱਬੀ, ਮੈਂ ਤੁਹਾਡਾ ਰੱਬ ਹਾਂ ਕਿ ਨਾ? ਸਾਰਿਆਂ ਕੀ ਬੋਲ ਕੇ ਆਖਿਆ, ਕਾਲੂ ਬਲਾ, ਯਾ ਅੱਲਾ ਤੂੰ ਸਾਡਾ ਇਸ ਗੱਲ ਦਾ ਮੁਨਕਰ ਕੋਈ ਨਹੀਂ, ਰੱਬ ਦੇ ਹੋਣ ਦਾ ਮੁਨਕਰ ਕੋਈ ਕਿਸੇ ਮਜ਼ਹਬ ਨਾਲ ਤਲਕ ਰੱਖਦਾ ਹੋਵੇ। ਅੱਲਾ ਪਹਿਲੇ ਤੁਹਾਡੇ ਕੋਲ ਮੈਂ ਗੱਲ ਪੁੱਛ ਲਵਾਂ, ਮੈਨੇ ਦੱਸੋ ਬਈ ਤਕਰੀਰ ਸੁਣਨੀ ਕਿਵੇਂ ਦੀ ਹੈ, ਤਰਦੀ ਤਰਦੀ ਜਾਂ ਮੱਠੀ ਮੱਠੀ? ਇਹ ਦੋਵੇਂ ਤਾਂ ਨਹੀਂ ਹੋਣੀਆਂ, ਹੋਣੀ ਤੇ ਇੱਕ ਕਿਸਮ ਦੀ। ਤਰਦੀ ਤਰਦੀ ਦਾ ਮਤਲਬ ਇਹ ਹੁੰਦਾ ਹੈ, ਪੁਰਾਣੇ ਜ਼ਮਾਨੇ 'ਚ ਹੁੰਦੀਆਂ ਆਈਆਂ ਟੇਪਾਂ, ਤੇ ਜੱਟ ਬੰਦਿਆਂ ਨਾਲ ਕੰਮ ਕਰਨੇ ਤੇ ਨਾਲ ਉਹਨੇ ਟੇਪ ਲਾ ਕੇ ਨਾ ਉਹਨੂੰ ਇੱਕ ਬਟਨ ਨੂੰ ਮੰਡ ਜਾ ਛੱਡਣਾ, ਤੇ ਮੌਲਵੀ ਨਾਲ ਨਾਲ ਜੁੜਿਆ ਰਹੋ, ਅਸੀਂ ਨਾਲ ਆਪਣੇ ਕੰਮ ਕੁੰਮ ਮੁਕਾ ਲਈਏ। ਜੇ ਤੇ ਤੁਹਾਡਾ ਉਂਝ ਦੀ ਸੁਣਨ ਤੇ ਦਿਲ ਲੈਣਾ ਤੇ ਮੈਂ ਵੀ ਕੰਨਾਂ 'ਚ ਹੱਥ ਰੱਖ ਲੈਂਦਾ ਤੇ ਮੁੜ ਦੇਸੋ ਦੇ ਲੱਗਾ ਰਹਿੰਦਾ।
ਤੇ ਜੇ ਤੁਹਾਡਾ ਦਿਲ ਹੈ ਸਮਝ ਸਮਝਾ ਕੇ ਤਕਰੀਰ ਸੁਣਨ ਤੇ ਫਿਰ ਉਸ ਮੁਤਾਬਕ ਕਰ ਲੈਂਦੇ ਹਾਂ, ਪਰ ਉਹ ਵਾਲੀ ਠੋ ਮੁੱਕ ਜਾਣੀ ਹੈ, ਇਹ ਥੋੜੀ ਲੰਮੀ ਹੋ ਜਾਣੀ ਹੁਣ ਹਿਸਾਬ ਲਾ ਲਓ। ਮੁਫਤੀ ਸਾਹਿਬ ਵੀ ਬਿਆਨ ਕਰਨਾ, ਕੀ ਖਿਆਲ ਹੈ? ਲੰਬੀ ਵਾਲੀ ਠੀਕ, ਚੁੱਪ ਕਰ ਗਿਆ। ਅੱਲਾਹੁ ਅਕਬਰ ਕਬੀਰਾ, ਅੱਲਾਹ ਤੁਹਾਨੂੰ ਸਲਾਮਤ ਰੱਖੇ, ਸੋਹਣੇ ਚਿਹਰੇ ਚਮਕਦੇ ਹੋਏ। ਹਜ਼ਰਤ ਰੱਬ ਆਪਣੇ ਆਪ ਨੂੰ ਮਨਵਾਇਆ ਤੇ ਕੁੱਲ ਮਖਲੂਕ ਨੂੰ ਇਕੱਠਿਆਂ ਕੀਤਾ ਤੇ ਕੁੱਲ ਮਖਲੂਕ ਰੱਬ ਨੂੰ ਮੰਨਦੀ ਵੀ ਹੈ, ਮੁਨਕਰ ਕੋਈ ਨਹੀਂ। ਮੰਨਣ ਦਾ ਅੰਦਾਜ਼ ਵੱਖਰਾ ਵੱਖਰਾ। ਆ ਪੱਥਰਾਂ ਨੂੰ ਬੁੱਤ ਬਣਾ ਕੇ ਖੁਦਾ ਮੰਨਣ ਵਾਲੇ ਉਸ ਖੁਦਾ ਨੂੰ ਮੰਨਦੇ ਹੈਣ, ਆਂਦੇ ਨੇ ਵੀ ਇੱਕ ਇਹਨਾਂ ਤੋਂ ਵੱਡਾ ਹੈ, ਉਹਦੇ ਨਿੱਕੇ ਨੇ, ਮੰਨਦੇ ਰੱਬ ਨੂੰ ਉਹ ਵੀ ਨੇ। ਪਰ ਜਦੋਂ ਵਾਰੀ ਆਈ ਨਾ ਯਾਰ ਦੀ, ਅੱਲਾ ਮਖਲੂਕ ਦੇ ਆਮ ਬੰਦੇ ਵਿੱਚੋਂ ਚਾ ਕੱਢੇ, ਸਿਰਫ ਨਬੀਆਂ ਨੂੰ ਇਕੱਠਿਆਂ ਕੀਤਾ। ਕਿਉਂ? ਹੁਣ ਮੁਸਤਫਾ ਕਰੀਮ ਸੱਲੱਲਾਹੁ ਅਲੈਹੀ ਵਾਲੀ ਵਸੱਲਮਾ ਦੀ ਅਲੱਗ ਤੋਂ ਸ਼ਾਨ ਅੱਲਾ ਵਿਖਾਣ ਲੱਗਾ। ਇੱਥੇ ਵੀ ਕਈ ਵੰਡਾਂ ਨੇ, ਜੇ ਨਿਰਾ ਰੱਬ ਨੂੰ ਮੰਨਦਿਆਂ ਗੱਲ ਬਣ ਜਾਂਦੀ ਹੁੰਦੀ ਤੇ ਰੱਬ ਨੂੰ ਮੰਨ ਲਿਆ ਹਾ ਸਾਰਿਆਂ, ਗੱਲ ਮੁੱਕਦੀ ਕਿੱਥੇ? ਮੁੱਕਦੀ ਇੱਥੇ। ਜਿਹੜੀ ਗੱਲ ਹੁਣ ਤੁਹਾਨੂੰ ਸੁਣਾਉਣ ਲੱਗਾ, ਇਹਦੇ ਵਿੱਚ ਹੀ ਇਹਦਾ ਜਵਾਬ ਆ ਜਾਣਾ ਵੀ ਮੁੱਕਣੀ ਕਿੱਥੇ ਗੱਲ। ਅੱਲਾ ਨੇ ਨਬੀਆਂ ਦੀਆਂ ਰੂਹਾਂ ਨੂੰ ਇਕੱਠਿਆਂ ਕਰਕੇ ਫਰਮਾਇਆ, ਵਾ ਇਜ਼ ਅਖਜ਼ ਅੱਲਾਹੁ ਮੀਸਾਕ ਨਬੀਨ, ਨਬੀਓ ਮੇਰੇ ਨਾਲ ਵਾਅਦਾ ਕਰੋ। ਉਸ ਵਕਤ ਨੂੰ ਯਾਦ ਕਰੋ ਜਦੋਂ ਸਾਰੇ ਨਬੀਆਂ ਨੇ ਰਲ ਕੇ ਵਾਅਦਾ ਕੀਤਾ। ਕੀ ਵਾਅਦਾ ਕੀਤਾ? ਲਮਾ ਆਤੈਤੁਕੁਮ ਮਿਨ ਕਿਤਾਬਿਨ ਵਹਿਕਮਾ, ਮੈਂ ਤੁਹਾਨੂੰ ਕਿਤਾਬ ਤੇ ਹਿਕਮਤ ਦਿੱਤੀ ਹੋਵੇ। ਪਹਿਲੇ ਕੀ ਗੱਲ ਹੋ ਰਹੀ? ਅਹੁਦੇ ਦੀ, ਸ਼ਾਨ ਦੀ, ਮਕਾਮ ਦੀ। ਸ਼ਾਨ ਕੀ ਹੈ, ਮਕਾਮ ਕੀ ਹੈ? ਹਜ਼ਰਤ ਜੀ, ਕੁਰਸੀ ਤੇ ਛੱਡਣੀ ਨਵਾਜ਼ ਸ਼ਰੀਫ ਨੂੰ ਵੀ ਬੜੀ ਔਖੀ ਨਹੀਂ ਲੱਗਦੀ, ਇਮਰਾਨ ਖਾਨ ਨੂੰ ਵੀ ਬੜੀ ਔਖੀ ਨਹੀਂ ਲੱਗਦੀ, ਕੁਰਸੀ ਬੜੀ ਪਿਆਰੀ ਹੁੰਦੀ। ਅੱਲਾ ਨੇ ਸਾਰੇ ਨਬੀਆਂ ਨੂੰ ਇਕੱਠਿਆਂ ਕਰਕੇ ਤੇ ਉਹਨਾਂ ਦੇ ਅਹੁਦਿਆਂ ਦਾ ਜ਼ਿਕਰ ਕੀਤਾ ਤੇ ਜ਼ਿਕਰ ਕਰਕੇ ਫਰਮਾਇਆ, ਮੈਂ ਤੁਹਾਨੂੰ ਕਿਤਾਬ ਦਿੱਤੀ ਹੋਵੇ, ਹਿਕਮਤ ਦਿੱਤੀ ਹੋਵੇ, ਰਿਸਾਲਤ ਤੇ ਨਬੂਵਤ ਦਿੱਤੀ ਹੋਵੇ। ਲੋਕ ਤੁਹਾਡਾ ਕਲਿਮਾ ਪੜ੍ਹਦੇ ਹੋਣ, ਤੁਹਾਨੂੰ ਮੰਨਦੇ ਹੋਣ, ਤੁਹਾਡੇ ਪਿੱਛੇ ਜਾਂਦੇ ਹੋਣ। ਸੁਮਾ ਜਾ ਅਕਮ ਰਸੂਲ, ਫਿਰ ਕੀ ਹੋਵੇ? ਜਿਹੜਾ ਕੁਝ ਮੈਂ ਤੁਹਾਨੂੰ ਦਿੱਤੇ ਹੈ, ਇਸੇ ਦਿੱਤੇ ਦੇ ਦੁਰਾਨੀਏ ਵਿੱਚ ਮੇਰਾ ਯਾਰ ਆ ਜਾਵੇ ਤੇ ਫਿਰ ਕੀ ਕਰਿਆ ਹੈ? ਦਿੱਤੇ ਹੋਏ ਉਹ ਦੇ ਵੀ ਲੈ ਲੈਣੇ ਨੇ। ਮੈਂ ਜਿਹੜੀ ਤੁਹਾਡੀ ਮੰਨਣ ਵਾਲੀ ਕੌਮ ਹੈ ਉਹਨੂੰ ਵੀ ਤੁਸੀਂ ਹੁਕਮ ਦੇਣਾ ਹੈ। ਯਾ ਅੱਲਾ, ਕੀ ਹੁਕਮ ਦੇਣਾ? ਫਰਮਾਇਆ, ਇੱਕੋ ਹੁਕਮ ਹੈ, ਨਬੂਵਤਾਂ ਖਤਮ, ਰਿਸਾਲਤਾਂ ਖਤਮ, ਕਿਤਾਬਾਂ ਖਤਮ। ਹੁਣ ਜੇ ਕੋਈ ਕਿਸੇ ਦੀ ਸਰਦਾਰੀ ਚੱਲਣੀ ਹੈ, ਕਿਸੇ ਦੀ ਬਾਦਸ਼ਾਹੀ ਚੱਲਣੀ ਹੈ, ਕਿਸੇ ਦੀ ਨਬੂਵਤ ਰਿਸਾਲਤ ਚੱਲਣੀ ਹੈ ਤੇ ਇਕੱਲੇ ਆਮ ਇਹਨਾਂ ਦੇ ਲਾਲ ਦੀ ਚੱਲਣੀ ਹੈ। ਲੱਭੇ ਯਾ ਰਸੂਲ ਅੱਲਾ, ਲੱਭੇ ਲੱਭੇ।
ਅੱਲਾ ਫਰਮਾਇਆ ਮੈਂ ਸਾਰਾ ਕੁਝ ਦਿੱਤਿਆ ਹੋਵੇ ਤੇ ਫਿਰ ਮੇਰਾ ਯਾਰ ਆ ਜਾ। ਸਾਰਾ ਕੁਝ ਛੱਡ ਕੇ ਮੇਰੇ ਯਾਰ ਨੂੰ ਮੰਨਣਾ ਹੈ ਤੇ ਸਾਰੇ ਨਬੀਆਂ ਆਖਿਆ ਯਾਰ ਅੱਲਾ ਸੋਹਣਿਆ ਜਿਵੇਂ ਤੇਰਾ ਹੁਕਮ ਉਂਝੇ ਹੀ ਕਰਾਂਗੇ, ਜਿਵੇਂ ਤੇਰਾ ਹੁਕਮ ਉਂਝ ਹੀ ਕਰਾਂਗੇ ਯਾਰ ਅੱਲਾ ਸੋਹਣਿਆ। ਅਦਬ ਦੇ ਨਾਲ ਇੱਕ ਸਵਾਲ ਹੈ, ਇਸ ਗੱਲ ਦਾ ਤੇ ਤੇਰੀ ਜ਼ਾਤ ਨੂੰ ਪਤਾ ਬਈ ਤੂੰ ਕਿਸੇ ਵੀ ਨਬੀ ਦੇ ਦੌਰੇ ਨਬੂਵਤ ਚ ਆਪਣੇ ਯਾਰ ਨੂੰ ਕੋਈ ਨਹੀਂ ਗਲਣਾ, ਗਲਣਾ ਸਾਰਿਆਂ ਤੋਂ ਆਖਰ ਚ ਹੀ ਤੇ ਮੋੜੇ ਵਾਅਦੇ ਕਿਉਂ ਲੈ ਨਹੀਂ। ਤੇ ਅੱਲਾ ਇਹ ਦੱਸਣਾ ਚਾਹੁੰਦਾ ਮੈਂ ਯਾਰ ਦਾ ਮਕਾਮ ਤੇ ਮਰਤਬਾ ਵਿਖਾਣਾ ਚਾਹੁੰਦਾ, ਕਾਇਨਾਤ ਵਾਲਿਆਂ ਨੂੰ ਪਤਾ ਲੱਗ ਜਾਵੇ ਮੈਂ ਯਾਰ ਸਾਰਿਆਂ ਤੋਂ ਪਹਿਲੇ ਮਨਵਾਏ ਉਹਨਾਂ ਕੋਲੋਂ ਜਿਹੜੇ ਮਖਲੂਕ ਚੋਂ ਸਾਰਿਆਂ ਨਾਲੋਂ ਅਫਜ਼ਲ ਤੇ ਅੱਲਾ ਨੇ।